ਸਤਿ ਸ਼੍ਰੀ ਅਕਾਲ ਜੀ, ਮੈਂ ਆ ਸਤਿੰਦਰ ਸੱਤੀ ਐਂਡ ਵੈਲਕਮ ਟੂ ਮਾਈ ਸੋਲ ਬਲੌਗਸ। ਥੈਂਕ ਯੂ ਕਿ ਤੁਸੀਂ ਮੋਟੀਵੇਸ਼ਨਲ ਵੀਡੀਓਜ਼ ਨੂੰ ਇੰਨਾ ਜ਼ਿਆਦਾ ਰਿਸਪੌਂਸ ਦੇ ਰਹੇ ਹੋ, ਜਿਹਦੇ ਨਾਲ ਮੇਰਾ ਹੌਸਲਾ ਵੱਧ ਰਿਹਾ ਹੈ ਕਿ ਮੈਂ ਹੋਰ ਬਿਹਤਰ, ਹੋਰ ਅੱਛਾ ਤੁਹਾਡੇ ਨਾਲ ਸ਼ੇਅਰ ਕਰਾਂ। ਗੱਲ ਇਹ ਹੁੰਦੀ ਹੈ ਕਿ ਇਹ ਨਹੀਂ ਹੈ ਕਿ ਅਸੀਂ ਸਿਆਣੇ ਨਹੀਂ ਹੁੰਦੇ ਜਾਂ ਸਾਨੂੰ ਦੁਨੀਆ ਦਾ ਪਤਾ ਨਹੀਂ ਹੁੰਦਾ। ਕਈ ਵਾਰ ਚੀਜ਼ਾਂ ਸਾਨੂੰ ਪਤਾ ਵੀ ਹੁੰਦੀਆਂ ਨੇ, ਪਰ ਉਹ ਸਾਡੇ ਦਿਮਾਗ 'ਚੋਂ ਪ੍ਰਾਇਓਰਟੀ ਵਾਈਜ਼ ਥੱਲੇ ਚਲੀਆਂ ਜਾਂਦੀਆਂ ਨੇ। ਜਿੱਦਾਂ ਸਭ ਨੂੰ ਪਤਾ ਹੈ ਕਿ ਸਵੇਰ ਦੀ ਸੈਰ ਸਿਹਤ ਲਈ ਬਹੁਤ ਅੱਛੀ ਹੈ, ਖਾਣਾ ਹੈਲਥੀ ਖਾਣਾ ਚਾਹੀਦਾ ਹੈ, ਮਾਂ ਪਿਓ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਫਿਰ ਵੀ ਜਿਵੇਂ ਜਿਵੇਂ ਅਸੀਂ ਦੁਨੀਆਦਾਰੀ ਦੇ ਵਿੱਚ ਉਲਝਦੇ ਜਾਂਦੇ ਹਾਂ, ਅਸੀਂ ਸਵੇਰੇ ਭੱਜ ਨੌਟ ਦੇ ਵਿੱਚ ਹਰ ਵਾਰੇ ਸੋਚਦੇ ਹਾਂ ਅੱਛਾ ਚੱਲ ਅਗਲੇ ਮਹੀਨੇ ਸ਼ੁਰੂ ਕਰਾਂਗੇ ਸਵੇਰ ਦੀ ਸੈਰ, ਅਤੇ ਉਹ ਮਹੀਨਾ ਕਦੀ ਨਹੀਂ ਆਉਂਦਾ। ਔਰ ਹਮੇਸ਼ਾ ਜਦੋਂ ਵੀ ਅਸੀਂ ਸਨੈਕਸ ਜਾਂ ਅਨਹੈਲਦੀ ਚੀਜ਼ਾਂ ਵੇਖਦੇ ਹਾਂ, ਅਸੀਂ ਕਹਿੰਦੇ ਹਾਂ ਚਲੋ ਹੁਣ ਕੱਲ੍ਹ ਤੋਂ ਫਿਰ ਚੰਗਾ ਖਾਣਾ ਸ਼ੁਰੂ ਕਰਾਂਗੇ। ਸਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਥੱਲੇ ਚੱਲਦੀਆਂ ਜਾਂਦੀਆਂ ਨੇ। ਜਦੋਂ ਅਸੀਂ ਕੋਈ ਵੀਡੀਓ ਵੇਖਦੇ ਹਾਂ, ਕੋਈ ਬੰਦਾ ਸਾਨੂੰ ਇੰਸਪੀਰੇਸ਼ਨਲ ਚੀਜ਼ ਦੱਸਦਾ ਕਿ ਯਾਰ ਮੈਂ ਪਿਛਲੇ ਮਹੀਨੇ ਤੋਂ ਸ਼ੁਰੂ ਕੀਤੀ ਹੈ ਸੈਰ, ਮੇਰਾ 5 ਕਿਲੋ ਵਜ਼ਨ ਘੱਟ ਗਿਆ, ਅਤੇ ਤੁਹਾਨੂੰ ਯਾਦ ਹੈ ਕਿ ਤੁਸੀਂ ਉਸ ਦੇ ਨਾਲ ਹੀ ਆਪਣਾ ਕੰਮ ਸ਼ੁਰੂ ਕਰ ਦਿੰਦੇ ਵੀ ਕੱਲ੍ਹ ਤੋਂ ਮੈਂ ਸੈਰ ਕਰਨੀ ਸ਼ੁਰੂ ਕਰ ਦਿਆਂ। ਅੱਜ ਜਿਸ ਵਿਸ਼ੇ 'ਤੇ ਮੈਂ ਗੱਲ ਕਰ ਰਹੀ ਹਾਂ ਉਹ ਇਹ ਹੈ ਕਿ ਇਨਸਾਨ ਜ਼ਿੰਦਗੀ ਦੇ ਵਿੱਚ ਜਦੋਂ ਹਾਲਾਤਾਂ ਦੇ ਨਾਲ ਨਹੀਂ ਲੜ ਸਕਦਾ ਤਾਂ ਉਹ ਕਿੰਨਾ ਪਰੇਸ਼ਾਨ ਹੋ ਜਾਂਦਾ ਹੈ। ਕਿਉਂਕਿ ਚਾਹੇ ਉਹ ਰਿਲੇਸ਼ਨਸ਼ਿਪ ਹੈ, ਚਾਹੇ ਉਹ ਕੰਮ ਹੈ, ਚਾਹੇ ਉਹ ਕਰੀਅਰ ਹੈ, ਕਈ ਵਾਰ ਅਸੀਂ ਸੋਚਿਆ ਕੁਛ ਹੋਰ ਹੁੰਦਾ ਅਤੇ ਜ਼ਿੰਦਗੀ ਤੁਹਾਡੇ ਕੋਲੋਂ ਕੁਛ ਹੋਰ ਜਾਂਦੀ ਹੈ। ਅਤੇ ਜਦੋਂ ਜ਼ਿੰਦਗੀ ਆਪਣਾ ਪਲਾਨ ਤੁਹਾਨੂੰ ਦਿੰਦੀ ਹੈ ਨਾ, ਅਤੇ ਕਈ ਵਾਰ ਬਹੁਤ ਸਾਰੇ ਕੰਮ ਅਸੀਂ ਮਿਹਨਤ ਕਰਨੇ ਆ ਅਤੇ ਪੂਰੇ ਨਹੀਂ ਹੁੰਦੇ, ਅਤੇ ਕੁਝ ਕੰਮਾਂ ਦੇ ਵਿੱਚ ਅਸੀਂ ਬਿਲਕੁਲ ਮਿਹਨਤ ਨਹੀਂ ਕਰਦੇ, ਐਫਰਟਲੈਸ ਕਰਨੇ ਆ ਅਤੇ ਉਹ ਕਾਮਯਾਬ ਹੋ ਜਾਂਦੇ ਨੇ। ਉਹਨੂੰ ਕਹਿੰਦੇ ਨੇ ਕਿ ਇਹ ਯੂਨੀਵਰਸ ਦੀ ਕੁਦਰਤ ਦੀ ਮਰਜ਼ੀ ਸੀ, ਪਰ ਹਰ ਇਨਸਾਨ ਉਸ ਦੇ ਅੱਗੇ ਸਿਰ ਝੁਕਾ ਦਿੰਦਾ ਹੈ। ਪਰ ਵਾਕਈ ਅਸੀਂ ਸਾਰੇ ਕੁਦਰਤ ਦੀ ਮਰਜ਼ੀ ਦੇ ਅੱਗੇ ਸਿਰ ਝੁਕਾ ਦਿੰਦੇ ਹਾਂ ਜਾਂ ਫਿਰ ਆਪਣੇ ਆਪ ਨੂੰ ਪ੍ਰੂਵ ਕਰਨ ਦੇ ਲਈ ਲੜਦੇ ਰਹਿੰਦੇ ਹਾਂ। ਅਤੇ ਜਦੋਂ ਅਸੀਂ ਉਹਨਾਂ ਹਾਲਾਤਾਂ ਦੇ ਨਾਲ ਲੜਦੇ ਰਹਿੰਦੇ ਹਾਂ ਕਿ ਹਾਂ ਇਹ ਕੰਮ ਮੈਂ ਕਿਉਂ ਨਹੀਂ ਕਰ ਸਕਦਾ, ਮੈਂ ਕਿਉਂ ਨਹੀਂ, ਐਫਰਟ ਕਰਨਾ ਇੱਕ ਵੱਖਰੀ ਚੀਜ਼ ਹੈ। ਤੁਸੀਂ ਐਫਰਟ ਕਰੋ, ਕੋਸ਼ਿਸ਼ ਕਰੋ, ਪਰ ਓਨੀ ਕੁ ਕਿ ਉਹ ਤੁਹਾਡੀ ਜ਼ਿੱਦ ਨਾ ਬਣ ਜਾਏ। ਜੇ ਰਿਲੇਸ਼ਨਸ਼ਿਪ ਵਰਕਆਊਟ ਨਹੀਂ ਕਰ ਰਹੀ ਤਾਂ ਉਸ 'ਤੇ ਬਾਰ ਬਾਰ ਮਿਹਨਤ ਕਰਨ ਨਾਲੋਂ ਚੰਗਾ ਹੈ ਉਸਨੂੰ ਪਰਮਾਤਮਾ ਦੀ ਮਰਜ਼ੀ 'ਤੇ ਛੱਡ ਦੇਣਾ। ਕਿਉਂਕਿ ਜਦੋਂ ਤੁਸੀਂ ਕੰਪਲੀਟ ਸਰੈਂਡਰ ਕਰ ਦਿੰਦੇ ਹੋ ਦੋਨੋਂ ਹੱਥ ਕਰਕੇ ਕੁਦਰਤ ਦੇ ਅੱਗੇ ਕਿ ਮੇਰਾ ਸਰੈਂਡਰ ਹੈ, ਅਤੇ ਉਦੋਂ ਚੀਜ਼ਾਂ ਆਪਣੇ ਆਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜੋ ਚੀਜ਼ ਤੁਹਾਡੇ ਲਈ ਬਣੀ ਹੈ ਉਹ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਂਦੀ ਹੈ, ਔਰ ਜੋ ਚੀਜ਼ ਤੁਹਾਡੇ ਲਈ ਨਹੀਂ ਬਣੀ ਉਹ ਫਿਰ ਤੁਹਾਡੇ ਲੱਕ 'ਚ ਆਇਆ ਵੀ ਤੁਹਾਡੀ ਨਹੀਂ ਹੋ ਸਕਦੀ। ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ। ਮੈਨੂੰ ਲੱਗਦਾ ਦੁਨੀਆ ਦੇ ਹਰ ਗ੍ਰੰਥ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਹੁਕਮ ਦੇ ਅਨੁਸਾਰ ਹਰ ਚੀਜ਼ ਹੁੰਦੀ ਹੈ। ਇਨਸਾਨ ਦਾ ਕੰਮ ਹੈ ਕਰਮ ਕਰਨਾ, ਮਿਹਨਤ ਕਰਨੀ, ਪਰ ਉਹਨਾਂ ਚੀਜ਼ਾਂ ਨੂੰ ਆਪਣੇ ਦਿਲ ਅਤੇ ਦਿਮਾਗ 'ਤੇ ਹਾਵੀ ਨਾ ਕਰੋ। ਮੈਂ ਬਹੁਤ ਸਾਰੇ ਲੋਕ ਮੈਨੂੰ ਫੀਡਬੈਕ ਦਿੰਦੇ ਨੇ ਕਿ ਸਾਡਾ ਰਿਲੇਸ਼ਨਸ਼ਿਪ ਬੜਾ ਖਰਾਬ ਚੱਲ ਰਿਹਾ, ਔਰ ਉਹਨਾਂ ਖਰਾਬ ਰਿਲੇਸ਼ਨਸ਼ਿਪ ਦੇ ਵਿੱਚ, ਹਾਲਾਤਾਂ ਦੇ ਵਿੱਚ ਉਹਦੇ ਨਾਲ ਨਾਲ ਜਿਉਂਦੇ ਰਹਿੰਦੇ ਨੇ। 5 ਸਾਲ 10 ਸਾਲ ਬੀਤ ਜਾਂਦੇ ਨੇ ਔਰ ਐਂਡ ਆਫ ਦ ਡੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਕਾਰੋਬਾਰ ਕਈ ਵਾਰ ਸਾਡੀ ਮਰਜ਼ੀ ਦੇ ਅਨੁਸਾਰ ਜਿੱਦਾਂ ਅਸੀਂ ਸੋਚਿਆ ਹੁੰਦਾ ਉਹ ਨਹੀਂ ਪੂਰਾ ਹੁੰਦਾ, ਪਰ ਹੌਲੀ ਹੌਲੀ ਤੁਸੀਂ 2-4-5 ਸਾਲ ਬਿਸਤਰ 'ਤੇ ਲੰਮੇ ਪੈਣ ਤੋਂ ਬਾਅਦ ਫਿਰ ਦੁਬਾਰਾ ਇਕੱਠੇ ਕਰਦੇ ਹੋ, ਪਰ ਉਹ 2-4-5 ਸਾਲ ਤੁਹਾਡੀ ਜ਼ਿੰਦਗੀ 'ਚ ਵਾਪਸ ਨਹੀਂ ਆ ਸਕਦੇ। ਇਸ ਕਰਕੇ ਜੋ ਕੁਛ ਨਹੀਂ ਹੋ ਰਿਹਾ, ਜਿਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ, ਜੋ ਤੁਹਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਤੁਹਾਡੇ ਹੱਕ 'ਚ ਨਹੀਂ ਖੜਾ, ਉਸ ਦੇ ਅੱਗੇ ਸਰੈਂਡਰ ਕਰ ਦੇਣਾ ਚਾਹੀਦਾ ਔਰ ਕੁਦਰਤ ਦੇ ਪਲਾਨ ਦੇ ਅਨੁਸਾਰ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰੋ। ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦੀ ਹਾਂ ਕਿ ਜਦੋਂ ਤੁਸੀਂ ਕੁਦਰਤ ਦੇ ਅੱਗੇ ਸਮਰਪਣ ਕਰ ਦਿੰਦੇ ਹੋ ਨਾ, ਤਾਂ ਫਿਰ ਕੁਦਰਤ ਅਤੇ ਪਰਮਾਤਮਾ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ, ਔਰ ਉਸ ਦਿਨ ਤੋਂ ਬਾਅਦ ਤੁਹਾਡੇ ਹਾਲਾਤ ਬਦਲਣੇ ਸ਼ੁਰੂ ਹੋ ਜਾਂਦੇ ਨੇ। ਬਹੁਤ ਵਾਰ ਜ਼ਿੰਦਗੀ ਦੇ ਵਿੱਚ ਐਜ਼ ਐਨ ਆਰਟਿਸਟ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਲੱਗਾ ਕਿ ਜ਼ਿੰਦਗੀ ਬਿਲਕੁਲ ਖਤਮ ਹੋ ਗਈ ਹੈ, ਕੀ ਕਰਨਾ ਚਾਹੀਦਾ? ਤੁਸੀਂ ਲੜ ਲੜ ਕੇ ਚੀਜ਼ਾਂ ਦੇ ਨਾਲ ਥੱਕ ਗਏ ਸੀ, ਅਤੇ ਮੈਂ ਇੱਕੋ ਚੀਜ਼ ਕੀਤੀ, ਸਰੈਂਡਰ। ਮੈਂ ਹਥਿਆਰ ਸੁੱਟ ਦਿੱਤੇ ਔਰ ਪਰਮਾਤਮਾ ਦੀ ਮਰਜ਼ੀ ਨੂੰ ਆਪਣੀ ਮਰਜ਼ੀ ਮੰਨ ਲਿਆ, ਔਰ ਉਸ ਦਿਨ ਤੋਂ ਤੁਹਾਡੇ ਅੰਦਰ ਇੱਕ ਨਵੀਂ ਐਨਰਜੀ ਦਾ ਸੰਚਾਰ ਹੁੰਦਾ। ਤੁਸੀਂ ਇੱਕ ਨਵੀਂ ਐਨਰਜੀ ਦੇ ਨਾਲ ਜ਼ਿੰਦਗੀ ਨੂੰ ਜਿਉਂਦੇ ਹੋ, ਕਿਉਂਕਿ ਤੁਸੀਂ ਇੱਕ ਨਵਾਂ ਸਟਾਰਟ ਲੈਂਦੇ ਹੋ, ਜ਼ਿੰਦਗੀ ਨੂੰ ਦੁਬਾਰਾ ਤੋਂ ਨਵੀਂ ਐਨਰਜੀ ਦੇ ਨਾਲ ਜਿਉਂਦੇ ਹੋ। ਔਰ ਸੱਚ ਮੰਨਣਾ, ਜਦੋਂ ਜ਼ਿੰਦਗੀ ਤੁਸੀਂ ਰੀਸਟਾਰਟ ਕਰਦੇ ਹੋ ਨਾ, ਤਾਂ ਉਦੋਂ ਚਮਤਕਾਰ ਹੋ ਜਾਂਦੇ ਨੇ, ਕਿਉਂਕਿ ਉਹ ਐਨਰਜੀ ਹੈ ਜਿਹੜੀ ਤੁਹਾਨੂੰ ਦੁਬਾਰਾ ਤੋਂ ਜਿਉਂਦੇ ਕਰਕੇ ਤੁਹਾਨੂੰ ਕਾਮਯਾਬ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ।
ਪਰ ਉਸਦੇ ਲਈ ਬੜਾ ਜ਼ਰੂਰੀ ਹੈ। ਪਹਿਲੇ ਆਪਣੇ ਆਪ ਦੇ ਨਾਲ ਗੱਲ ਕਰੋ, ਸੋਚੋ ਸਮਝੋ, ਔਰ ਜਦੋਂ ਹਾਲਾਤ ਤੁਹਾਨੂੰ ਮੈਂਟਲੀ ਡਿਸਟਰਬ ਕਰ ਰਹੇ ਹੋਣ, ਫਿਜ਼ੀਕਲੀ ਡਿਸਟਰਬ ਕਰ ਰਹੇ ਹੋਣ, ਫਾਈਨੈਂਸ਼ੀਅਲੀ ਡਿਸਟਰਬ ਕਰ ਰਹੇ ਹੋਣ, ਤਾਂ ਉਹਨਾਂ ਤੋਂ ਕਿਨਾਰਾ ਕਰ ਲਓ। ਇਹੋ ਹੀ ਚੰਗਾ ਹੁੰਦਾ ਕਿ ਰਸਤਾ ਛੱਡ ਕੇ ਦੂਸਰਾ ਰਸਤਾ ਅਪਣਾ ਲਓ, ਕਿਉਂਕਿ ਪਰਮਾਤਮਾ ਨੇ, ਇਹ ਜ਼ਰੂਰੀ ਨਹੀਂ ਕਿ ਉਹ ਰਸਤਾ, ਕਿਉਂਕਿ ਹੋ ਸਕਦਾ ਕਿ ਉਹ ਰਸਤਾ ਤੁਹਾਡੀ ਮੰਜ਼ਿਲ ਹੋਵੇ ਹੀ ਨਾ, ਅਤੇ ਜਿਹੜਾ ਦੂਸਰਾ ਰਸਤਾ ਪਰਮਾਤਮਾ ਨੇ ਤੁਹਾਡੇ ਲਈ ਚੁਣਿਆ ਹੋਵੇ, ਤੁਹਾਡੀ ਮੰਜ਼ਿਲ ਅਤੇ ਲੋਕਾਂ 'ਚ ਇਤਿਹਾਸ ਦੀ ਗਵਾਹੀ ਤੁਹਾਡਾ ਉਹੀ ਰਸਤਾ ਦੇਵੇ। ਸਿਰਫ ਜ਼ਰੂਰਤ ਹੈ ਇੱਕ ਨਵੀਂ ਦੁਬਾਰਾ ਤੋਂ ਐਨਰਜੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਰੀਸਟਾਰਟ ਅਤੇ ਦੁਬਾਰਾ ਤੋਂ ਜਿਉਣ ਦੀ। ਖੂਬਸੂਰਤ ਜ਼ਿੰਦਗੀ ਦਾ ਆਨੰਦ ਮਾਣੋ ਔਰ ਸੈਲੀਬ੍ਰੇਟ ਕਰੋ ਜ਼ਿੰਦਗੀ ਨੂੰ, ਸੈਲੀਬ੍ਰੇਟ ਲਾਈਫ।